ਦੇ ਨਾਲ ਮੇਰੀ ਗੱਲ ਹੋਈ ਏ ਉਹਨੂੰ ਮੈਂ ਕਿਹਾ ਕਿ ਭਾਈ ਉਹਨੂੰ ਪੁੱਛ ਲਓ ਔਨ ਰਿਕਾਰਡ ਹਲਫਨ ਪੁੱਛ ਲਓ ਉਹਨੂੰ ਮੈਂ ਕਿਹਾ ਤੇਰੇ ਪਿੱਛੇ ਉਸਤਾਦ ਹੋਵੇ ਨਾ ਤੇ ਤੇਰਾ ਮੇਰਾ ਪਰਚਾ ਲਿਖਣਾ ਨਹੀਂ ਤਾਂ ਤੇਰੀ ਮੇਰੀ ਜ਼ਬਾਨੀ ਕਲਾਮੀ ਬਾਜ਼ੀ ਉੜ ਸਕਦੀ ਓਵੇਂ ਨਹੀਂ ਉੜ ਸਕਦੀ ਠੀਕ ਹੈ ਤੁਸੀਂ ਨਾ ਅਗਲੀ ਗੱਲ ਪੁੱਛਦੇ ਹੋ ਨਾ ਸਰ ਤੁਸੀਂ ਪਿਛਲੀ ਗੱਲ ਪੁੱਛਦੇ ਜੇ ਤੁਸੀਂ ਦੇ ਪਹੁੰਚਾ ਤੁਸੀਂ ਤੁਹਾਨੂੰ ਰਾਹ ਚਾਹੀਦਾ ਵੀ ਕਿਸੇ ਤਰੀਕੇ ਨਾਲ ਸਾਨੂੰ ਰਾਹ ਲੱਭ ਜਾਏ ਤਾਂ ਅਸੀਂ ਇੱਥੋਂ ਨਿਕਲਣ ਵਾਲੇ ਬਣੀਏ ਠੀਕ ਹੈ ਸ਼ੋਕ ਨੂੰ ਅਗਰ ਤੁਸੀਂ ਜੇਤਾਰ ਅੱਲਾ ਦੇ ਹੁਕਮ ਨਾਲ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਣਾ ਪਿਆ ਖੁਦਾ ਕਸਮ ਕਿ ਮੈਂ ਸ਼ੋਕ ਹਰ ਜਿੱਤ ਵਾਸਤੇ ਕਰਦਾ ਹੀ ਨਹੀਂ ਠੀਕ ਹੈ ਮੈਂ ਹਰ ਜਾਂ ਸਾਰੀਆਂ ਛੱਤਾਂ ਤੋਂ ਹਰ ਜਾਂ ਮੈਂ ਜਿੱਤਾਂ ਭਾਵੇਂ ਮੈਂ ਦੋ ਛੱਤਾਂ ਤੋਂ ਜਿੱਤਾਂ ਲੇਕਿਨ ਮੇਰਾ ਪਿਆਰ ਮੁਹੱਬਤ ਮੇਰਾ ਇਖਲਾਕ ਮੇਰਾ ਤਰੀਕਾ ਮੇਰਾ ਰਵੱਈਆ ਕਿਸੇ ਛੱਤ ਨਾਲ ਕਦੀ ਚੇਂਜ ਨਹੀਂ ਹੋਇਆ ਠੀਕ ਹੈ ਕੋਈ ਉਸਤਾਦ ਆਖਦੇ ਮੇਰੇ ਨਾਲ ਜਿਹੜਾ 4 ਸਾਲ ਤੋਂ ਉੱਡਦਾ ਪਿਆ ਕਿਸੇ ਛੱਤ ਨਾਲ ਮੇਰਾ ਕੋਈ ਮਸਲਾ ਬਣਿਆ ਹੋਵੇ ਕਿਸੇ ਛੱਤ ਨੇ ਕੋਈ ਦਿਲ ਉਜ਼ਾਰੀ ਹੋਈ ਹੈ ਮੇਰੀ ਵਜ੍ਹਾ ਤੋਂ ਜਾਂ ਕਿਸੇ ਛੱਤ ਨਾਲ ਮੈਂ ਕੋਈ ਬੁਰਾ ਬੁਰਾ ਪੇਸ਼ ਆਇਆ ਹਾਂ ਜਾਂ ਕਿਸੇ ਛੱਤ ਨੂੰ ਕੋਈ ਅਸੂਲ ਕਾਨੂੰਨ ਦੀ ਜਾਂ ਕਿਤੇ ਫੈਸਲੇ ਦੀ ਗੱਲ ਆਈ ਏ ਤੇ ਮੈਂ ਉੱਥੇ ਉਹਨਾਂ ਦੇ ਅਸੂਲ ਕਾਨੂੰਨ ਤੇ ਪੂਰਾ ਨਹੀਂ ਉਤਰਿਆ ਮੇਰੇ ਨਾਲ ਅਗਰ ਕਿਸੇ ਨੇ ਕੋਈ ਅਸੂਲ ਕਾਨੂੰਨ ਤੋਂ ਹਟ ਕੇ ਗੱਲ ਕੀਤੀ ਹੈ ਤੇ ਮੇਰੇ ਨਾਲ ਕੀਤੀ ਮੈਂ ਕਿਸੇ ਨਾਲ ਨਹੀਂ ਕੀਤੀ ਅਗਰ ਕਿਸੇ ਨੇ ਬਾਜ਼ੀ ਨੂੰ ਲੈ ਕੇ ਅਗਰ ਨਸਲ ਭੱਜਣ ਵਾਲੀ ਗੱਲ ਕੀਤੀ ਕਿਸੇ ਨੇ ਕੀਤੀ ਮੈਂ ਨਹੀਂ ਕੀਤੀ ਠੀਕ ਹੈ ਤੁਸੀਂ ਬਰਾਏ ਮਿਹਰਬਾਨੀ ਨਾ ਪਹਿਲੇ ਕਾਨੂੰਨ ਅਸੂਲ ਸਿੱਖੋ ਠੀਕ ਹੈ ਕਾਨੂੰਨ ਅਸੂਲ ਸਿੱਖੋ ਉਸ ਤੋਂ ਬਾਅਦ ਇਹ ਕਿਤਾਬ ਪੱਟੋ ਪੁਰਾਣੀ ਕਿਤੇ ਨੱਪੀ ਜੇ ਦੇ ਕਿਤਾਬ ਪੱਟੋ ਪੱਟ ਕੇ ਤੇ ਫਿਰ ਸਿੱਖੋ ਨਾ ਮੇਰੀ ਇੱਕ ਗੱਲ ਜ਼ਿਹਨ ਚ ਰੱਖ ਲੈਣਾ ਉਸਤਾਦ ਆਸਮ ਸਈ ਸਾਹਿਬ ਤੇ ਉਸਤਾਦ ਕਰੀਮ ਬਖਸ਼ ਪਾਲਟੀ ਸਾਹਿਬ ਮੇਰੇ ਨਾਲ ਸ਼ੋਕ ਨਹੀਂ ਕਰਨਾ ਨਾ ਕਰੋ ਠੀਕ ਹੈ ਮੇਰੀ ਦੁਬਾਰਾ ਮੇਰੀ ਇਜਾਜ਼ਤ ਤੋਂ ਬਗੈਰ ਮੇਰੇ ਮੁਖਾਲਫ ਵੀਡੀਓ ਚੜਾਉਣ ਦਾ ਮਕਸਦ ਤੁਸੀਂ ਜ਼ਰਾ ਵੀ ਚੜਾਓ ਰੇ ਮੈਂ ਉਹ ਤੁਸੀਂ ਮਿੰਟ ਦੀ ਗੱਲ ਕਰੋ ਰੇ ਮੈਂ ਘੰਟਾ ਗੱਲ ਕਰਾਂਗਾ ਠੀਕ ਹੈ ਮੈਂ ਹਰ ਚੀਜ਼ ਨੂੰ ਖੋਲ ਕੇ ਸਾਹਮਣੇ ਰੱਖਾਂਗਾ ਤੁਸੀਂ ਸ਼ੋਕ ਤੋਂ ਭੱਜਣ ਦੀ ਗੱਲ ਹੈ ਇਹ ਲੱਭ ਲਈਏ ਵੀ ਇਹਨੂੰ ਬੈਨ ਕਰ ਦਿਓ ਉਹ ਮੇਰਾ ਸ਼ੌਕ ਹੋਇਆ ਮੇਰੇ ਨਾਲ ਮੇਰਾ ਜਿਨ੍ਹਾਂ ਨਾਲ ਸ਼ੌਕ ਹੋਇਆ ਮੇਰੇ ਵਾਸਤੇ ਕਾਬਲੇ ਇੱਜ਼ਤ ਨੇ ਸਾਰੇ ਉਹ ਵੀ ਉਸਤਾਦ ਸਾਰੇ ਕਾਬਲੇ ਇੱਜ਼ਤ ਨੇ ਜਿਹੜੇ ਅੱਜ ਤੁਹਾਡੀ ਛੱਤ ਤੇ ਤੁਹਾਡੇ ਕੋਲ ਤਸ਼ਰੀਫ ਲਿਆਏ ਨੇ ਉਹਨਾਂ ਦਾ ਕੀ ਕਸੂਰ ਹੈ ਮੈਂ ਸਮਝਣਾ ਵੀ ਉਹਨਾਂ ਨੂੰ ਤੁਸੀਂ ਪੂਰੀ ਗੱਲ ਦੱਸੋ ਤਾਂ ਸ਼ਾਇਦ ਉਹ ਤੁਹਾਨੂੰ ਦੱਸ ਕੇ ਜਾਂਦੇ ਵੀ ਬਸ ਕੋਈ ਸ਼ਰਮ ਕਰੋ ਕੋਈ ਯਾ ਕਰੋ ਠੀਕ ਹੈ ਕੋ ਆਪਣੇ ਆਪ ਨੂੰ ਨਾ ਕੋ ਆਪਣੇ ਦਿਮਾਗ ਦਾ ਲਾਈਕ ਕਰਾਓ ਠੀਕ ਹੈ ਆਸਮ ਸਈ ਸਾਹਿਬ ਇੱਕ ਗੱਲ ਜ਼ਿਹਨ 'ਚ ਰੱਖਣਾ ਨਾ ਤੁਸੀਂ ਇੰਨੇ ਜੋਗੇ ਜੇ ਠੀਕ ਹੈ ਨਾ ਇਸ ਪਾਰਟੀ 'ਚ ਕੋਈ ਇੰਨੇ ਜੋਗਾ ਹੈ ਜਿਹੜਾ ਮੇਰਾ ਸ਼ੌਕ ਬੰਦ ਕਰਾ ਦੇ ਤੁਸੀਂ ਮੇਰਾ ਵੀਰ ਨਿਕਲਣਾ ਨਿਕਲੋ ਠੀਕ ਹੈ ਮੈਨੂੰ ਤੁਹਾਡੇ ਨਾਲ ਕੋਈ ਸ਼ੌਕ ਕਰਨ ਦਾ ਕੋਈ ਚਾਹ ਨਹੀਂ ਚੜਿਆ ਇਹ ਨਾਲੇ ਤੁਹਾਡੇ ਅੱਜ ਦੀ ਵੀਡੀਓ ਤੋਂ ਸਫਾ ਸਾਫ ਪਤਾ ਪੈ ਲੱਗਦਾ ਕਿਉਂ ਉਹਨਾਂ ਖਰਚਾ ਖਰਚਾ ਕਰਕੇ ਤੇ ਪੂਰੇ ਕਸੂਰ ਦੇ ਉਸਤਾਦ ਇਕੱਠੇ ਕਰਕੇ ਤੂੰ ਮੈਨੂੰ ਬੈਨ ਕਰਨ ਫਿਰਦਾ ਤੂੰ ਮੈਨੂੰ ਬੈਨ ਕਿਵੇਂ ਕਰ ਸਕਣਾ ਠੀਕ ਹੈ ਮੇਰੀ ਇਜਾਜ਼ਤ ਤੋਂ ਬਗੈਰ ਮੈਨੂੰ ਬੁਲਾਇਓ ਬਗੈਰ ਉਸਤਾਦ ਸਾਰੇ ਕਸੂਰ ਦੇ ਮੇਰੇ ਨਾਲ ਮੁਸ਼ਾਵਰਤ ਕਰਨ ਤੋਂ ਬਗੈਰ ਇੱਕ ਹੱਕ ਸੱਚ ਦੀ ਗੱਲ ਨੂੰ ਕਲੀਅਰ ਕਰਨ ਤੋਂ ਬਗੈਰ ਮੈਨੂੰ ਕਿਵੇਂ ਬੈਨ ਕਰ ਸਕਦੇ ਨੇ ਵਜਾ ਉਹਨਾਂ ਨੇ ਮੇਰੇ ਨਾਲ ਸ਼ੌਕ ਨਹੀਂ ਕਰਨਾ ਉਹਨਾਂ ਨਾਲ ਮੇਰਾ ਸ਼ੌਕ ਨਹੀਂ ਹੁੰਦਾ ਪਿਆ ਕੋਈ ਉਸਤਾਦ ਬਾਹ ਖੜੀ ਕਰੇ ਤੁਹਾਡੇ ਨਾਲ ਤਾਂ ਪਹਿਲਾਂ ਸ਼ੌਕ ਕੋਈ ਉਸਤਾਦ ਆਖੇ ਜਿੰਨੇ ਨਾਲ ਮੁਠਿਆ ਜੀ ਕਿਸੇ ਨਾਲ ਮੇਰੀ ਐਸੀ ਬਦਕਲਾਮੀ ਹੋਈ ਹੈ ਬਦਕਲਾਮੀ ਹੋਈ ਹੈ ਜਾਂ ਮੇਰੀ ਕੋ ਮੈਂ ਕੋ ਕਿਸੇ ਨਾਲ ਬੁਰਾ ਕੀਤਾ ਠੀਕ ਹੈ ਤੁਸੀਂ ਜਨਾਬ ਉੱਠ ਕੇ 7 ਦੀਆਂ 13 ਐਵੇਂ ਵੇਲੀਆਂ ਹੀ ਵੀ ਇਹਨੂੰ ਬੈਨ ਕਰ ਦਿਓ ਇਹ ਹਰ ਸਾਲ ਮੈਂ ਹੀ ਦੇਸਣਾ ਕਸੂਰ ਨੂੰ ਹਰ ਸਾਲ ਮੈਂ ਸ਼ੌਕ ਛੱਡ ਦਿਆਂ ਮੈਂ ਤੁਹਾਡੀ ਵਜ੍ਹਾ ਤੋਂ ਸ਼ੌਕ ਛੱਡ ਦਿਆਂ ਮੈਨੂੰ ਉਂਝ ਆਖੋ ਨਾ ਵੀ ਯਾਰ ਤੇਰੀ ਮਿਹਰਬਾਨੀ ਤੂੰ ਜਿੱਥੇ ਐਸੇ ਤੂੰ ਉੱਥੇ ਚਲਾ ਜਾ ਵਾਪਸ ਤੂੰ ਛੱਡ ਦੇ ਸ਼ੌਕ ਨਾ ਕਰ ਸ਼ੌਕ ਸਿੱਧੀ ਤਰ੍ਹਾਂ ਸਾਰੇ ਉਸਤਾਦ ਮਿਲ ਕੇ ਮੈਨੂੰ ਅੰਨੀ ਗੱਲ ਆਖਦੇ ਮੈਂ ਸ਼ੌਕ ਛੱਡ ਦਿੰਦਾ ਅਗਰ ਤੁਸੀਂ ਮੈਨੂੰ ਇਸ ਤਰ੍ਹਾਂ ਖਿੱਚਾ ਧਰੂਈ ਹਰ ਸਾਲ ਜੇਠ ਤੋਂ ਪਹਿਲੇ ਕਰਨੀ ਹੈ ਮੇਰੀ ਮੈਂ ਤੁਹਾਨੂੰ ਲਾਈਵ ਆਣਾ ਪਿਆ ਲਾਈਵ ਆ ਕੇ ਨਾ ਪਿਆ ਤੁਸੀਂ ਨਾ ਸਾਰੇ ਉਸਤਾਦ ਇਕੱਠੇ ਕਰੋ ਇਕੱਠੇ ਕਰਕੇ ਮੈਨੂੰ ਅੰਨੀ ਗੱਲ ਕਰ ਦਿਓ ਵੀ ਯਾਰ ਤੇਰੀ ਮਿਹਰਬਾਨੀ ਤੂੰ ਸ਼ੌਕ ਤੋਂ ਬਾਹਰ ਹੋ ਜਾ ਮੈਂ ਦੁਬਾਰਾ ਸ਼ੌਕ ਨਹੀਂ ਕਰਦਾ ਠੀਕ ਹੈ ਤੁਸੀਂ ਇੱਕ ਤਮਾਸ਼ਾ ਫੜਿਆ ਵੀ ਆਏ ਦਿਨ ਚੜਾ ਦਿੱਤੀ ਵੀਡੀਓ ਵੀ ਇਹਨੂੰ ਕਰ ਦਿਓ ਬੈਨ ਕਰ ਦਿਓ ਇਹਦੇ ਨਾਲ ਸ਼ੌਕ ਨਹੀਂ ਹੁੰਦਾ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਉਹ ਅੱਲਾ ਦੇ ਬੰਦੇ ਹੋ ਜਿੰਨੇ ਜਿਹੜਾ ਤੁਹਾਡਾ ਹਰੀਫ ਹੈ ਹਰੀਫ ਇਹ ਮੁਕਾਬਲਾ ਹੈ ਇਹ ਬਹਿਸ ਮੁਬਹਿਸ ਹੈ ਠੀਕ ਹੈ ਗਰਮਾ ਗਰਮੀ ਹੈ ਇਹ ਮੈਦਾਨ ਹੈ ਇਹਦੇ ਵਿੱਚ ਹਰ ਤਰ੍ਹਾਂ ਦੀ ਗੱਲ ਹੁੰਦੀ ਹੈ ਹਰ ਤਰ੍ਹਾਂ ਦੀ ਬਾਤ ਹੁੰਦੀ ਬਹਿਸ ਹੁੰਦੀ ਬਦਕਲਾਮੀ ਹੁੰਦੀ ਹਰ ਚੀਜ਼ ਹੁੰਦੀ ਲੇਕਿਨ ਉਹ ਸਿਰਫ ਸ਼ੌਕ ਵਾਸਤੇ ਹੁੰਦੀ ਹੈ ਕਸੂਰ ਦੇ ਕਿੰਨੇ ਉਸਤਾਦ ਨੇ ਕਈ ਦਫਾ ਐਸਾ ਹੋਇਆ ਕਿ ਹੱਕ ਸੱਚ ਤੇ ਜਾਂ ਬਾਜ਼ਕਾਦ ਗਲਤੀ ਵੀ ਹੋ ਜਾਂਦੀ ਕਿਸੇ ਨਾਲ ਮੇਰਾ ਬਹਿਸ ਮੁਬਹਿਸ ਆ ਕਿਸੇ ਸ਼ਾਗਿਰਦ ਨਾਲ ਕਿਸੇ ਉਸਤਾਦ ਨਾਲ ਕਿਸੇ ਨਾਲ ਵੀ ਹੋਇਆ ਹੁੰਦੇ ਵੀ ਰਹਿੰਦੇ ਨੇ ਲੇਕਿਨ ਕੋਈ ਉਸਤਾਦ ਐਨੀ ਗੱਲ ਕਰਦੇ ਵੀ ਕਿਤੋਂ ਕਿਤੇ ਸਾਨੂੰ ਜ਼ਖਮ ਦੁਬਾਰਾ ਮਿਲਿਆ ਉਹਨੇ ਸਾਡੇ ਨਾਲ ਕੋਈ ਐਸੀ ਗੱਲ ਸ਼ੋਅ ਕਰਾਈ ਵੀ ਉਹਦੇ ਦਿਲ 'ਚ ਕੋਈ ਗੱਲ ਹੈਗੀ ਮੈਂ ਸ਼ੌਕ ਦੀ ਗੱਲ ਸਿਰਫ ਸ਼ੌਕ ਤੇ ਰੱਖਣਾ ਸ਼ੌਕ ਤੋਂ ਹਟ ਕੇ ਸਭ ਮੇਰੇ ਭਰਾ ਨੇ ਲੇਕਿਨ ਅਗਰ ਕੋਈ ਗੱਲ ਕਰੇ ਨਾ ਮੈਨੂੰ ਕੋਈ ਬੈਨ ਕਰ ਦੇਰਾ ਮੈਨੂੰ ਬੈਨ ਕਰਨਾ ਹੈ ਤੇ ਜਨਾਬ ਕਰੋ ਇਹ ਬੈਨ ਨਹੀਂ ਦਾ ਮੈਂ ਲਾਈਵ ਬੋਲਣਾ ਪਿਆ ਬੈਨ ਨਹੀਂ ਦਾ ਇਹ ਤੁਹਾਡਾ ਇਹ ਭਗੋੜਾ ਕੰਮ ਹੈ ਇਹ ਭਗੋੜਾ ਕੰਮ ਨਸੋ ਹੋਰ ਨਸੋ ਠੀਕ ਹੈ ਹੁਣ ਤੁਹਾਡੀ ਜਾਂ ਤਾਂ ਮਜਬੂਰੀ ਬਣ ਜਾ ਰਹੀ ਜਾਂ ਤੁਹਾਨੂੰ ਵਜ੍ਹਾ ਬਣ ਜਾ ਰਹੀ ਮੇਰੀ ਅਕਾਲ ਵੀ ਸਰਕਾਰ ਹੈ ਇਹਨੇ ਅਕਾਲ ਚੜਾਈ ਦਿੱਤੀ ਹੁਣ ਸਾਡਾ ਤਾਂ ਸ਼ੌਕ ਇਹਦੇ ਨਾਲ ਹੁੰਦਾ ਹੀ ਨਹੀਂ ਅਸੀਂ ਕਰਨਾ ਹੀ ਨਹੀਂ ਜਾਂ ਸਾਡੇ ਹੋਰ ਉਸਤਾਦ ਨੇ ਇਹਦੇ ਨਾਲ ਸ਼ੌਕ ਕਰਨਾ ਹੀ ਨਹੀਂ ਸਾਡਾ ਇਹ ਸਾਡੇ ਸਾਨੂੰ ਆਵਾਜ਼ ਨਹੀਂ ਦੇ ਸਕਦਾ ਅੰਨੇ ਜੋਗੇ ਹੈ ਜੇ ਮੈਂ ਬਗੈਰ ਉਸਤਾਦ ਦੇ ਤੁਹਾਡੇ ਨਾਲ ਚੰਗੇ ਨੇ ਜਿਨ੍ਹਾਂ ਦਾ ਉਸਤਾਦ ਕੋ ਨਹੀਂ ਉਹ ਤੁਹਾਡੇ ਨਾਲ ਚੰਗੇ ਨੇ ਉਹ ਆਵਾਜ਼ ਕੱਢਦੇ ਨੇ ਉਹ ਰਾਸ਼ਾ ਦੇ ਭਾਈ ਉੱਥੋਂ ਰੋਡਕੋਟੋਂ ਉਹਦਾ ਕੋਈ ਉਸਤਾਦ ਨਹੀਂ ਮੈਂ ਸਮਝਣਾ ਪੂਰੀ ਮਿਸਰੀ ਕਰੀਮ ਬਖਸ਼ ਪਾਲਟੀ ਤੋਂ ਭਾਰਾ ਹੋ ਇੱਕ ਬਗੈਰ ਉਸਤਾਦਾ ਹੋ ਕੇ ਮੈਨੂੰ ਸ਼ੌਕ ਦਾ ਆਖ ਸਕਦਾ ਹੈ ਬਗੈਰ ਉਸਤਾਦਾ ਹੋ ਕੇ ਮੇਰੇ ਨਾਲ ਸ਼ੌਕ
और की काम है तुहानू, सारे उस्ताद मैनू कह देने मैं शौक छड्ड देना। तुसी एक बंदे की गैर मौजूदगी जे बार बार एक दफा दो दफा जो मेरे ना शौक तय हो जाता पूरा जनाब ग्रुप कट्ठा हो जाता कट्ठा हो गया ये गल तेन बैन कर दो। कैसी गल है, मेरा मेरी छत है, मेरा शौक है, मैं शौक करांगा। मेरी आपकी जुबान से जो कोई भी उस्ताद उठ के लखा रुपए की बाजी जुबान से खेड़ते हैं, जो बाजी छत तो खेड़ते हैं ना, वो नहीं पुछते भी किंदा उस्ताद है किंदा शकीर दे। बाजी बाजी वो जी हो रही होंगी युवा हो रहा है, वो जनाब वो गेम चल रही होंगी है, वो सारा सारा सिस्टम घूम रहा होता है, उनके कोई नहीं पुछता कौन है उस्ताद कौन उस्ताद कौन है शकीर्द कौन है तो भाई वड्डा कौन है तो छोटा कौन है। तुसी सरकार मैं आपकी जुबान से किसी ऐसे शौकीन का शौक करावां जिहड़ा शौक तो अजे थोड़ा दूर हो, या मैं ऐसा कहां कि यार कोई भी भरा मेरे ना शौक करना चाहे मैं सारा शौक करावा। जे मैं ऐलान कर दा भी मैं कट की बाजी तो अलावा किसी ने दूसरी बाजी नहीं लानी, ठीक है। जे मैं गल करा भी जनाब शौक के हवाले ना कोई भी दोस्त भरा मेरे ते करावे, हर चीज़ नूं उल्ट ले लेंदे जी यार, हर चीज़ से तुसी नैगेटिव कमेंट छड्ड देंदे जे, हर चीज़ नूं तुसी उल्ट कर देंदे जे। अड्डा को बदजन किया तुसी अज मैनू, अड्डा को मेरा दिमाग खराब किया भी तुसी उस्ताद जे, तुसी कहंदे उस्ताद जे, एक बगैर ऐसे उस्ताद जिहड़े बगैर उस्ताद तो डरी जाते हैं, अड्डा खौफ तुहाडे अंदर ए उस्ताद करके छड्डी जांदे जे। इन्हां नाल शौक कराओ, आसम सही साहब उस्ताद किते जे, इन्हां दा किसे नाल शौक कराओ, मैनू आवाज दिओ मेरे किहड़े उस्ताद नाल शौक करना जे। तुहाडे किसे उस्ताद की छत नहीं हैगी, उहनूं आपदी छत दिओ, मेरे मेरे किते उस्ताद तुहानूं अगों छत देण दे, ठीक है। मेरे मेरे जिहड़े उस्ताद ने किते उहनां नाल हुक्म जबानों कढो किहदे नाल शौक करना जे, मैं खुली आवाज कहा जिहदे नाल जिन्ने शौक करना मैं हाजिर हाँ, ठीक है। तुसी जनाब चंगी करीम बख्श पार्टी, तुसी तो फट के पार्टी का नाम खराब कर दिता है, तुसी तो साडे अहीं कित्थे जाइए कि इलाकों बाहर निकलीए, ठीक है। पाकिस्तान के रूस के शौक है खारियां जेलम गुजरात दीना उस साइड से उधर कितने जाओ तो असं आपके कसूर दिन तीन पार्टियां का जिक्र करने ते फखरिया जिक्र करने ये असं जिक्र करा भी यह शौक तो नस जाते हैं, शौक तो नसन वास्ते अगले उस्तादा के बैन ला देंगे ने, यह जिक्र करा जाके ये कि जाके गल करा देहरी गलबात है। तुम जनाब शौक मेरे ना तय कर लिया, वो क्यों शौक मेरे ना तय कर लिया, जो तुम इन्ने जोगे नहीं तो क्यों शौक तय कर लिया, जे शौक तय कर लगे उदो तुम कट कराया, शौक तय करने तो बाद तुम पता नहीं की महसूस होया। वेखो जित हार गेम का हिस्सा है, ठीक है। मैं तुम्हें पहले कहा कि मैं जितने वास्ते नहीं खेडता, मैं जितने वास्ते नहीं खेडता, मैं सिर्फ शौक करने वास्ते खेडना। अगर किसी बंदे ने मेरे मुखालफ कोई वीडियो चढ़ाई थी या कोई ऐसी गल की, मैं जनाब उनका रिस्पोंस बहुत भैड़ा दियांगा। किसी ने भी नजायज मेरे खिलाफ वीडियो चढ़ाई, आ जिहड़ा बैन करने वाला चक्कर है ना, बैन करने वाला चक्कर ये मेरा वीर ना आपके घर रखो, बैन ना करो, आ मत्थे तलहालो, ठीक है, मत्थे तलहालो, असं इन्ने जोगे नहीं, ठीक है। ये काम करो आसम सही साहब, ये काम करो, मेरे खिलाफ वीडियो ना चढ़ाओ। हाफ साहब हाफ यूसुफ साहब तुसी जिहड़े एडे उस्ताद बने फिरदे जी ना, तुहानू मेरे शगिर्द ने मेरे उस्ताद ने दो तीन दफा कॉल कर दी है भी शौक तय कर, तेरी केड़ी घर छत है, तेनू एहो आखे ना उस्तादा नहीं छत दे, उस्ताद करीम बख्श पार्टी की मेन छत दे शौक कर, तू शौक तो नसया फिरना, तू उत्थे तू मगर बैन बैन करता फिरना लाइव कॉल च, शौक कर किसी नाल शौक कर, तेनू पता लगे शौक की होंदा, तू वेले मशवरे दे वेलियां गल्लां दे वेलियां खाली गल्लां बातां दे रोले। मेरा वीर अपने अपने को अकल दा अपने दिमाग दा इलाज करो, मेरा तुहानू सीधी आवाज गल जे, कसूर दे उस्ताद मैनू आखन दे मैं ता याद शौक छड्ड जांदा, ठीक है। कसूर दे उस्ताद मेरे मुअज़्ज़ब मेरे काबले इज्जत उस्ताद मैनू कह देन भी भाई असी ये शौक दे हवाले च नहीं है, तू बाहर निकल, मैं ता याद शौक बंद कर दियांगा, ठीक है। तो दूसरे पासे गए गल मेरा वीर तुसी इन्ने जोगे नहीं मेरा शौक बंद करा दियो, ठीक है ना, तुसी इन्ने जोगे जी के बिल मुकाबल आके तुसी मेरे ना पूरा मेरी सोच ते मेरी समझ के मुताबिक मेरे ना शौक कर लो, ठीक है। इस गलों तुसी नसन डे जे, इस गलों तुहाडा सारा मामला है। मेरा वीर नैक्सट मेरे खिलाफ कोई ऐसी वीडियो नहीं चढ़ानी जिहड़ी अखलाक तो हट के अगर मैनू तजलील करन दी कोशिश कीती ना तो मैं बहुत बुरा पेश आवां। आफस तू भी सुन ला जिहड़ी तेरी मगर गल निकलदी पई ना, इहनू बैन कर दो बैन कर दो, मैं तेरी आवाज सुनदा रहा, मगर अपने ना अपने आप ते कंट्रोल कर लो, लिमिट दे दायरे च आइयो, लिमिट दे दायरे च आइयो रे, अच्छी गल है, नहीं तो लिमिट दे दायरे च बाहर निकलो रे। हर गल का जवाब मैं सख्त होकर ध्यान रखूं जिस तरह भी दिता गया मेरे को, तुसी मेरी तजलील की है, वीडियो कॉल चढ़ा के तुसी जलील करने की कोशिश की है, पल्ले तुहाडे कख नहीं हैगा, ठीक है। शौक तो तुसी इंज भजदे जे, एक साल दियां बाजियां वड़ा लैंदे जे, लाखों बाद चले जांदे जे, उत्थों जाके कमालियों बाजियां वड़ा लियां, उत्थों बाजियां हार गए मियां महाजन नूं, ठीक है। अगलियां बाजियां उड़न तो पहले ये बाजियां छे महीने पैने तो मिनटां तरले करके घर जाके बाजियां दे दित्तियां, ये तो अपनी आयत अपनी असलीयत है, ठीक है। मेरा वीर कसूर च मेरे खिलाफ किसी भी चीज़ को लैके शौक करना करो, नसना नस जाओ, ठीक है।
मैं तुम एक गल समय रिवाज दो तो निकल जाओ ठीक है, अदरवाइज मेरे खिलाफ वीडियो चढ़ाने वाला काम ना दोबारा करना। तो आ भाई मेरी गल सुन ला, जे जा अपने आप से कंट्रोल कर ला अपनी जुबान से ठीक है, मैं लाइव आना पाया ठीक है, या अपनी जुबान से कंट्रोल कर ला, जिस तरह की गल करो उस तरह की गल अगो मिलेगी ठीक है। मेरे ते कोई भी वीडियो कोई भी प्लानिंग मेरे पुछो मैनू क्लीयर कितों बगैर दोबारा जरूरत ना कोई बंदा करे, खासकर करीम बख्श पार्टी के मेरे ते कोई बयान दे दे ठीक है। शोक करना करो नहीं करना ना करो, तुम इन्ने जोगे नहीं। बहुत मेहरबानी जनाब, अल्लाह हाफिज़।